ਜੇਕਰ ਅੱਜ ਮੀਟਿੰਗ ਦੇ ਵਿੱਚ ਸਾਡਾ ਨਹੀਂ ਹੱਲ ਕਰਦਾ ਤਾਂ ਕੱਲ ਨੂੰ ਅਸੀਂ ਐਲਾਨ ਕੀਤਾ ਹੋਇਆ ਮਜਬੂਰਨ ਸਾਨੂੰ PRTC ਦੇ 9 ਦੇ 9 ਡਿਪੂ ਬੰਦ ਕਰਵਾਉਣੇ ਪੈਣਗੇ। ਚੰਡੀਗੜ੍ਹ ਡਿਪੂ ਦੇ ਵਿੱਚ ਅੱਜ PRTC ਪਨਬੱਸ ਯੂਨੀਅਨ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਹੜਤਾਲ ਕੀਤੀ ਗਈ ਹੈ। ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ PRTC ਤੇ ਪਨਬੱਸ ਦੇ ਯੂਨੀਅਨ ਦੇ ਜਿਹੜੇ ਵੀ ਇੰਪਲਾਈਜ਼ ਨੇ, ਡਰਾਈਵਰ, ਕੰਡਕਟਰ। ਤੇ ਅੱਜ ਹਾਲਾਂਕਿ ਚੰਡੀਗੜ੍ਹ ਪਟਿਆਲਾ ਮੋਹਾਲੀ ਦੀ ਰੂਟ ਦੀ ਬੱਸੀ ਹੈ ਜਿਹੜੀ, ਕਿਉਂਕਿ ਚੰਡੀਗੜ੍ਹ ਡਿਪੂ ਤੋਂ ਜੋ ਸੰਬੰਧ ਰੱਖਦੀ, ਕਿਉਂਕਿ ਚੰਡੀਗੜ੍ਹ ਡਿਪੂ ਅੱਜ ਬੰਦ ਹੈ, ਇਸ ਕਰਕੇ ਲੋਕਾਂ ਨੂੰ ਵੀ ਦਿੱਕਤਾਂ ਹੋ ਸਕਦੀਆਂ। ਦੂਜੇ ਪਾਸੇ ਅੱਜ ਬੈਨਰ ਲੈ ਕੇ ਜਿੰਨੇ ਵੀ ਯੂਨੀਅਨ ਦੇ ਕਰਮਚਾਰੀ ਹੈ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। ਪਿਛਲੇ ਦਿਨਾਂ ਵੀ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਔਰ ਪ੍ਰੋਟੈਸਟ ਦੇ ਵਿੱਚ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਸੀਗਾ, ਜਿਹਦੇ ਵਿੱਚ ਕੱਚੇ ਵਰਕਰਸ ਨਾਲ ਧੱਕੇਸ਼ਾਹੀ ਬੰਦ ਕਰੋ, ਇਸ ਤਰ੍ਹਾਂ ਦੇ ਬੈਨਰ ਲੈ ਕੇ ਅੱਜ ਇੱਥੇ ਪਹੁੰਚੇ ਹੋਏ ਨੇ। ਚੰਡੀਗੜ੍ਹ ਡਿਪੂ ਦੀ ਇਹ ਤਸਵੀਰਾਂ ਨੇ ਜਿੱਥੇ ਬੈਨਰਸ ਲੈ ਕੇ ਚੰਡੀਗੜ੍ਹ ਭ੍ਰਸ਼ਟ ਮੈਨੇਜਮੈਂਟ ਮੁਰਦਾਬਾਦ ਅਧਿਕਾਰੀਆਂ ਤੇ ਵੀ ਕਈ ਵੱਡੇ ਇਲਜ਼ਾਮ ਇਹਦੇ ਵਿੱਚ ਲਾਏ ਗਏ ਸੀ। ਤੇ ਅੱਜ ਇੱਕ ਕਾਲ ਦਿੱਤੀ ਗਈ ਹੈ, ਜੇਕਰ ਕੋਈ ਗੱਲਬਾਤ ਨਹੀਂ ਬਣਦੀ ਤੇ ਕੱਲ ਇਹਨਾਂ ਦੀ ਚੱਕਾ ਜਾਮ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਸਾਡੇ ਨਾਲ ਇੱਥੇ ਦੇ ਮੈਨੇਜਮੈਂਟ ਦੇ ਪ੍ਰਧਾਨ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਭਾਜੀ, ਪਹਿਲਾਂ ਵੀ ਪ੍ਰੋਟੈਸਟ ਕੀਤਾ ਗਿਆ ਸੀਗਾ, ਪ੍ਰੈਸ ਕਾਨਫਰੰਸ ਵੀ ਤੁਸੀਂ ਕੀਤੀ ਗਈ ਸੀ, ਅੱਜ ਚੰਡੀਗੜ੍ਹ ਡਿਪੂ ਦੇ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ, ਮਕਸਦ? ਹਾਂਜੀ ਬਿਲਕੁਲ, ਜਿਹੜਾ ਅੱਜ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਚੰਡੀਗੜ੍ਹ ਡਿਪੂ ਦੇ ਵਿੱਚ, ਇਹ ਮੈਨੇਜਮੈਂਟ ਤੇ ਸਰਕਾਰ ਦੀ ਨਾਕਾਮੀ ਕਰਨ ਕਰਕੇ ਮਿਲਦਾ ਪਿਆ, ਕਿਉਂਕਿ ਅਸੀਂ ਮੈਨੇਜਮੈਂਟ ਨੂੰ ਜਾਂ ਸਰਕਾਰ ਨੂੰ ਜਿਹੜੇ ਆਪਣੇ ਚੇਅਰਮੈਨ ਸਾਹਿਬ ਹੰਡਾਣਾ ਸਾਹਿਬ ਲਾ ਰੱਖੇ ਨੇ, ਅੱਜ ਤੋਂ 8 ਮਹੀਨੇ ਪਹਿਲਾਂ ਅਸੀਂ ਜਿਹੜੇ ਕਰਪਟ ਅਧਿਕਾਰੀ ਨੇ ਉਹਨਾਂ ਦੇ ਸਬੂਤ ਦੇ ਚੁੱਕੇ ਹਾਂ, ਬਕਾਇਦਾ ਆਡੀਓ ਕਲਿੱਪ ਤੱਕ ਦੇ ਚੁੱਕੇ ਹਾਂ। ਪਰ ਜਿਹੜੀ ਸਰਕਾਰ ਅੱਜ ਮਾਨ ਸਰਕਾਰ ਜਦੋਂ ਸਤਾ 'ਚ ਆਉਣ ਤੋਂ ਪਹਿਲਾਂ ਮਾਨ ਸਰਕਾਰ ਨੇ ਇਹ ਗੱਲ ਕਹੀ ਸੀ, ਅਸੀਂ ਕਰਪਸ਼ਨ ਦੇ ਬਿਲਕੁਲ ਖਿਲਾਫ ਹਾਂ ਤੇ ਅਸੀਂ ਕਰਪਸ਼ਨ ਵੱਡੇ ਵੱਡੇ ਬੋਰਡ ਲਾਏ ਨੇ ਇਹਨਾਂ ਸ਼ਹਿਰਾਂ ਦੇ ਵਿੱਚ, ਇੰਨੇ ਅਸੀਂ ਕਰਪਸ਼ਨ ਵਾਲੇ ਚੱਕਰੇ, ਪਰ ਸਾਨੂੰ ਬਿਲਕੁਲ ਲੱਗਦਾ ਨਹੀਂ ਹੈਗਾ ਇਹ ਸਰਕਾਰ ਆ, ਇਹ ਜਿਹੜੀ ਮਾਨ ਸਰਕਾਰ ਹੈ ਇਹ ਦੂਜੀਆਂ ਸਰਕਾਰਾਂ ਤੋਂ ਵੀ ਟੱਪ ਗਈ ਹੈ। ਕਿਉਂਕਿ ਹੁਣ ਕੀ ਅੱਜ ਤੁਹਾਡੀ ਕੋਈ ਮੀਟਿੰਗ ਕਾਲ ਹੈਗੀ ਹੈ ਜਾਂ ਕਿਸ ਤਰ੍ਹਾਂ ਦੀ ਤੁਹਾਡੀ ਰਣਨੀਤੀ, ਕਿਸ ਤਰ੍ਹਾਂ? ਸਾਡੀ ਮੀਟਿੰਗ ਕਾਲ ਬਿਲਕੁਲ ਵੀ ਨਹੀਂ ਆਈ ਕਿਸੇ ਵੀ ਅਧਿਕਾਰੀ ਵੱਲੋਂ, ਸਿਰਫ GM ਸਾਹਿਬ ਵੱਲੋਂ ਆਈ ਹੈ, ਪਰ GM ਸਾਹਿਬ ਨਾਲ ਅਸੀਂ ਪਹਿਲਾਂ ਵੀ ਬਹੁਤ ਵਾਰ ਮੀਟਿੰਗ ਕਰ ਚੁੱਕੇ ਹਾਂ, ਕਿਉਂਕਿ GM ਸਾਹਿਬ ਤੇ ਆਪ ਉਹਨਾਂ ਦੇ ਨਾਰਾ ਲਏ ਹੋਏ ਨੇ। ਠੀਕ ਹੈ, ਤੇ ਰਣਨੀਤੀ ਕੀ ਹੈ ਹੁਣ ਨੈਕਸਟ? ਰਣਨੀਤੀ ਸਰ ਇਹੀ ਹੈ, ਦੇਖੋ ਪਹਿਲਾਂ GM ਸਾਹਿਬ ਸਾਡੇ ਮਨਿੰਦਰਪਾਲ ਸਿੱਧੂ ਜੀ ਸੰਗਰੂਰ ਗਏ, ਉੱਥੇ ਵੀ ਡਿਪੂ ਬੰਦ ਰਹਿੰਦਾ ਸੀ, ਹੁਣ ਚੰਡੀਗੜ੍ਹ ਆਏ ਉਰੇ ਵੀ ਬੰਦ ਹੈ, ਪਤਾ ਨਹੀਂ ਕਿਆ ਚੱਕਰ ਹੈ। GM ਸਾਹਿਬ ਉਹਨਾਂ ਤੋਂ ਬਗੈਰ ਰਹਿੰਦੇ ਨਹੀਂ ਹੈ ਜੀ, 3-4-5 ਬੰਦੇ ਦੀ ਮੰਡਲੀ ਹੈ, ਜਿਹੜੇ ਉਹ ਕਰਪਟ ਪੈਸਾ ਕਰਕੇ ਜਾਂ ਤਾਂ GM ਸਾਹਿਬ ਨੂੰ ਦਿੰਦੇ ਹੋਣਗੇ ਤਾਂ ਹੀ GM ਸਾਹਿਬ ਉਹਨਾਂ ਨੂੰ ਰੱਖਦੇ ਆ। ਸਾਡੇ ਡਿਪੂ ਦੇ ਵਿੱਚ 4 ਮਹੀਨੇ ਪ੍ਰਵੀਨ GM ਸਾਹਿਬ ਰਹਿ ਕੇ ਗਏ, ਉਹਨਾਂ ਨੇ ਇਹ ਬੰਦੇ ਸੈਂਟਰ ਫਲੈਂਗ ਤੀ, ਸਾਡੇ ਡਿਪੂ ਬਿਲਕੁਲ ਇੰਨਾ ਵਧੀਆ ਚੱਲਿਆ, ਸਾਨੂੰ ਨਾ ਡਿਪੂ ਦਾ ਗੇਟ ਬੰਦ ਕਰਨਾ ਪਿਆ। ਜਦੋਂ ਵੀ ਅਸੀਂ GM ਸਾਹਿਬ ਨੂੰ ਕੋਈ ਸੁਨੇਹਾ ਲਾਇਆ ਤਾਂ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਡੀ ਗੱਲ ਸੁਣ ਕੇ ਤੇ ਡਿਪੂ ਵਧੀਆ, ਨਾਲੇ ਜਿਹੜੀ ਸਾਡੀ ਡਿਪੂ ਦੀ ਬੁਕਿੰਗ ਤੀ ਪਹਿਲਾਂ 18 ਲੱਖ ਦੀ, ਫਿਰ ਹੁਣ ਉਸ ਤੋਂ ਬਾਅਦ 26 ਲੱਖ ਰੁਪਇਆ ਪ੍ਰਵੀਨ GM ਸਾਹਿਬ ਦੇ ਟਾਈਮ 'ਚ ਬੁਕਿੰਗ ਚਲੀ ਗਈ। ਤੇ ਹੁਣ ਅੱਜ ਦੀ ਜੇਕਰ ਕੋਈ ਗੱਲ ਨਹੀਂ ਬਣਦੀ ਤਾਂ ਕੀ ਕੱਲ ਫਿਰ ਕੀ ਚੱਕਾ ਜਾਮ ਕਰਨ ਦੀ ਤਿਆਰੀ ਹੈ? ਹਾਂਜੀ ਸਰ, ਦੇਖੋ ਅੱਜ ਦੇ ਟਾਈਮ ਅਸੀਂ ਫਿਲਹਾਲ ਚੰਡੀਗੜ੍ਹ ਡਿਪੂ ਪੂਰਾ ਬੰਦ ਕੀਤਾ ਆ ਪਹਿਲੇ ਟਾਈਮ ਤੋਂ, ਤੇ ਜੇਕਰ ਮੈਨੇਜਮੈਂਟ ਦੇ ਨਾਲ ਅਸੀਂ ਹੁਣ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਸਾਨੂੰ ਬੁਲਾਇਆ ਮੀਟਿੰਗ ਲਈ, ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਉਹਦੇ ਵਿੱਚ ਜੋ ਸਾਡੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ, ਕਿਉਂਕਿ ਸਾਨੂੰ ਬੜੇ ਲੰਮੇ ਸਮੇਂ ਤੋਂ ਅਸੀਂ ਇੱਕ ਪ੍ਰੋਸੈਸ ਦੇ ਅਧੀਨ ਸੰਘਰਸ਼ ਕਰ ਰਹੇ ਹਾਂ, ਜੇਕਰ ਨਹੀਂ ਇਹ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ, ਭ੍ਰਿਸ਼ਟ ਅਧਿਕਾਰੀਆਂ ਦੀ ਕਾਰਵਾਈ ਨਹੀਂ ਹੁੰਦੀ, ਤਾਂ ਅਸੀਂ ਅੱਜ ਨਾਲ ਲੱਗਦੇ ਜਿਹੜੇ PRTC ਦੇ ਬਾਕੀ ਡਿਪੂ ਨੇ ਉਹ ਵੀ ਬੰਦ ਕਰਵਾਵਾਂਗੇ ਸ਼ਾਮ ਤੱਕ, ਤੇ ਜਿਹੜਾ ਕੱਲ ਨੂੰ ਅਸੀਂ GM ਸਾਹਿਬ ਦੇ ਸਾਡੇ ਜਿਹੜੇ ਜਨਰਲ ਮੈਨੇਜਰ ਸਾਹਿਬ ਨੇ ਉਹਨਾਂ ਦੇ ਘਰ ਦਾ ਘਰਾਓ ਰੱਖਿਆ, ਅਸੀਂ ਉਹਨਾਂ ਦੇ ਪੂਰੀ ਗਿਣਤੀ ਵਰਕਰਾਂ ਦੀ ਲਿਜਾ ਕੇ ਉਹਨਾਂ ਦੇ ਘਰ ਦਾ ਸ਼ਾਰਟ 'ਚ ਦੱਸ ਦਿਓ ਮੰਗਾਂ ਕੀ ਨੇ।
ਛੋੜ ਚ ਮੰਗਾਂ ਇਹ ਨੇ ਜਿਹੜੇ ਭ੍ਰਿਸ਼ਟ ਅਧਿਕਾਰੀ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਏ, ਉਹਨਾਂ ਜੋ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਨੂੰ ਸਸਪੈਂਡ ਜੋ ਵੀ ਮੰਨ ਲਓ ਕਾਨੂੰਨੀ ਕਾਰਵਾਈ ਹੈ ਤਬਦੀਲ ਕਰਕੇ ਉਹਨਾਂ ਦੀ ਕਾਰਵਾਈ ਕੀਤੀ ਜਾਏ। ਤੇ ਦੂਜੀ ਮੰਗ ਇੱਕ ਕਿਲੋਮੀਟਰ ਡਰਾਈਵਰ ਵੱਲੋਂ ਜਿਹੜੇ ਮੰਨ ਲਓ ਪ੍ਰਾਈਵੇਟ ਬੱਸਾਂ ਵਿੱਚ ਪਾਈਆਂ ਹੁੰਦੇ ਪਈਆਂ, ਉਹ ਮਾਲਕ ਜਿਹੜਾ ਮਾਲਕ ਹੈ ਕਿਲੋਮੀਟਰਾਂ ਦਾ ਉਹਨੇ ਸਾਡੇ ਕਨੈਕਟਰ ਦੇ ਉੱਪਰ ਮੈਂ ਕਹਿੰਦਾ ਉਹਨੂੰ ਇੰਨੀ ਗੰਦੀ ਗਾਲ ਕੱਢੀ ਹੈ ਵੀ ਕਹਿਣ ਦਾ ਬਾਬਾ ਪਤਾ ਸੁਣ ਨਹੀਂ ਸਕਦੇ ਗਾਲ ਉਹ। ਹਾਂ ਕਿ ਸਿਰਫ ਇਹੀ ਕਨੈਕਟਰ ਦਾ ਕਸੂਰ ਸੀ, ਡਰਾਈਵਰ ਨੇ ਕਿਲੋਮੀਟਰ ਵਾਲੇ ਦਾਰੂ ਪੀਤੀ ਹੋਈ ਸੀ, ਉਹਨੇ ਸਿਰਫ ਮੈਨੇਜਮੈਂਟ ਨੂੰ ਦੱਸਿਆ, ਮੈਨੇਜਮੈਂਟ ਤੋਂ ਜਾਂ ਉਹਦੇ ਉਹਨਾਂ ਦੇ ਡਰਾਈਵਰ ਨੇ ਆਪਣੇ ਮਾਲਕ ਨੂੰ ਦੱਸਿਆ, ਮਾਲਕ ਨੇ ਸਿੱਧੀ ਧਮਕੀ ਸਾਡੇ ਕਨੈਕਟਰ ਨੂੰ ਦਿੰਦਾ ਪਿਆ ਤੇ ਉਹ ਗੱਲਾਂ ਕਹਿ ਰਿਹਾ ਵੀ ਕਹਿਣ ਦਾ ਉਹ ਸੁਣ ਨਹੀਂ ਸਕਦਾ। ਇਸ ਕਰਕੇ ਰੋਸ਼ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ। ਬਿਲਕੁਲ ਡਨ ਹੈ। ਤੇ ਭਾਜੀ ਜਿੱਦਾਂ ਅੱਜ ਇਹਨਾਂ ਨੇ ਵੀ ਦੱਸਿਆ ਕਿ ਅੱਜ ਲਗਾਤਾਰ ਮੀਟਿੰਗ ਕਾਲ ਚੱਲ ਰਹੀ ਹੈ ਤੇ ਜੇਕਰ ਕੋਈ ਗੱਲਬਾਤ ਨਹੀਂ ਬਣਦੀ ਤੇ ਕੱਲ ਤੋਂ ਚੱਕਾ ਜਾਓ। ਬਿਲਕੁਲ ਜੀ ਬਿਲਕੁਲ, ਜੇਕਰ ਅੱਜ ਮੀਟਿੰਗ ਦੇ ਵਿੱਚ ਸਾਡਾ ਨਹੀਂ ਹੱਲ ਕਰਦਾ ਤਾਂ ਕੱਲ ਨੂੰ ਅਸੀਂ ਐਲਾਨ ਕੀਤਾ ਹੋਇਆ ਮਜਬੂਰਨ ਸਾਨੂੰ PRTC ਦੇ 9 ਦੇ 9 ਡਿਪੂ ਬੰਦ ਕਰਵਾਉਣੇ ਪੈਣਗੇ ਤੇ ਜਨਰਲ ਮੈਨੇਜਰ ਚੰਡੀਗੜ੍ਹ ਦਾ ਅਸੀਂ ਘਰ ਦਾ ਘਰਾਬ ਕਰਾਂਗੇ ਜੀ। ਉਸ ਤੋਂ ਬਾਅਦ 4 ਤਰੀਕ ਨੂੰ ਆਪਣੇ ਰੋਡਵੇਜ਼ ਦੇ ਡਿਪੂ ਬੰਦ ਕਰਾ ਕੇ ਪੰਜਾਬ ਚੱਕਾ ਜਾਮ ਕਰਾਵਾਂਗੇ। ਬਿਲਕੁਲ, ਲਗਾਤਾਰ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਨੂੰ ਲੈ ਕੇ ਹੁਣ ਪ੍ਰਦਰਸ਼ਨ ਤੇਜ਼ ਹੁੰਦਾ ਨਜ਼ਰ ਆ ਰਿਹਾ। ਇਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਅੱਜ ਚੰਡੀਗੜ੍ਹ ਡਿਪੂ ਬੰਦ ਕੀਤਾ ਹੈ ਤੇ ਸ਼ਾਮ ਤੱਕ ਜੇਕਰ ਕੋਈ ਗੱਲਬਾਤ ਨਹੀਂ ਬਣਦੀ ਤੇ ਸਾਰੇ ਡਿਪੂ ਨੂੰ ਕਾਲ ਦਿੱਤੀ ਜਾਵੇਗੀ ਬੰਦ ਕਰਨ ਦੀ ਔਰ ਪੂਰਾ ਚੱਕਾ ਜਾਮ ਕੀਤਾ ਜਾਵੇਗਾ। ਹਾਲਾਂਕਿ ਹੁਣ ਇਹ ਪ੍ਰੋਟੈਸਟ ਕੀਤਾ ਜਾ ਰਿਹਾ, ਮੈਨੇਜਮੈਂਟ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਦੇ ਖਿਲਾਫ ਉਹਨਾਂ ਤੇ ਇਲਜ਼ਾਮ ਲਾਏ ਨੇ, ਵੱਡੇ ਇਲਜ਼ਾਮ ਨੇ, ਜਿਸ ਕਰਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਜਿਨ੍ਹਾਂ ਇਹਨਾਂ ਵੱਲੋਂ ਵੀ ਕਿਹਾ ਗਿਆ ਕਿ ਕਈ ਚੀਜ਼ਾਂ ਨੂੰ ਲੈ ਕੇ ਪਹਿਲਾਂ ਤੋਂ ਕਾਫੀ ਸਮੇਂ ਤੋਂ ਇਹ ਮੰਗਾਂ ਕਰਦੇ ਨਜ਼ਰ ਆ ਰਹੇ, ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਸਿਰੇ ਨਹੀਂ ਚੜ ਰਹੀ, ਜਿਸ ਕਰਕੇ ਸਾਡੇ 'ਚ ਰੋਸ਼ ਹੈ ਤੇ ਅੱਜ ਗੱਲਬਾਤ ਨਹੀਂ ਹੁੰਦੀ ਤਾਂ ਕੱਲ੍ਹ ਤੋਂ ਚੱਕਾ ਜਾਮ ਕੀਤਾ ਜਾਵੇ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।